ਐਸਆਈ ਦੀ ਪਤਨੀ ਦਾ ਲੁਟੇਰਾ ਵੱਢ ਗਿਆ ਗੁੱਟ। ਸਵੇਰੇ ਸੈਰ ਕਰਨ ਗਈ ਨੂੰ ਲੁਟੇਰੇ ਨੇ ਪਾਇਆ ਸੀ ਘੇਰਾ। ਹਥਿਆਰਾਂ ਦੀ ਨੋਕ ਤੇ ਕੰਨਾਂ ਵਿੱਚੋਂ ਖੋਈਆਂ ਵਾਲੀਆਂ। ਮਹਿਲਾ ਦਾ ਪੀਜੀਆਈ ਦੇ ਵਿੱਚ ਚੱਲ ਰਿਹਾ ਇਲਾਜ। ਲੁਟੇਰਾ ਭੱਜਦੇ ਹੋਏ ਸੀਸੀਟੀਵੀ ਚ ਆਇਆ ਨਜ਼ਰ। ਮੋਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਰੁਬਾਨਗੜ੍ਹ ਦੇ ਵਿੱਚ ਚੋਰਾਂ ਜਿਹੜੇ ਲੁੱਟ ਖੋ ਕਰਨ ਵਾਲੇ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਲਾਂਕਿ ਇੱਕ ਲੁੱਟ ਖੋ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਲੇਡੀ 'ਤੇ ਪਹਿਲਾਂ ਹਮਲਾ ਕੀਤਾ ਗਿਆ। ਦੋ ਲੇਡੀ ਉਹਦੇ ਵਿੱਚ ਸੈਰ ਕਰ ਰਹੇ ਸੀ ਪਾਰਕ ਦੇ ਵਿੱਚ, ਇੱਕ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਗਿਆ, ਪਹਿਲਾਂ ਉਹਦੇ 'ਤੇ ਹਮਲਾ ਕੀਤਾ ਗਿਆ ਤੇਜ਼ਧਾਰ ਹਥਿਆਰ ਦੇ ਨਾਲ, ਜਿਹਦੇ ਕਾਫੀ ਸੱਟਾਂ ਵੱਜੀਆਂ, ਹਸਪੀਟਲ ਐਡਮਿਟ ਨੇ, ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਲੁੱਟ ਖੋ ਕਰਕੇ ਉੱਥੋਂ ਫਰਾਰ ਹੋ ਗਏ। ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੇ ASI ਨੇ ਉਹਨਾਂ ਦੀ ਵਾਈਫ ਹੈ, ਹਾਲਾਂਕਿ ਹੁਣ ਕਿਸ ਤਰ੍ਹਾਂ ਦਾ ਕੋਈ ਰੰਜਿਸ਼ ਸੀਗੀ ਜਾਂ ਕਿਆ ਸੀਗਾ, ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ। ਗੁਰਨਾਮ ਜੀ ਸਾਡੇ ਨਾਲ ਨੇ। ਗੁਰਨਾਮ ਜੀ, ਪੂਰਾ ਹੋਇਆ ਕੀ ਸੀ, ਸ਼ਾਮ ਦਾ ਸਮੇਂ ਸੀਗਾ ਜਾਂ ਸਵੇਰ ਦਾ? ਸਵੇਰ ਦਾ ਸੀਗਾ ਜੀ, ਇਹ 6:30 ਵਜੇ ਦੇ ਕਰੀਬ ਘਰੋਂ ਕੋਈ 6:10-20 ਤੇ ਸੈਰ ਕਰਨ ਨਿਕਲੀ ਹੈ। ਡੇਲੀ ਰੂਟੀਨ ਵਾਈਜ਼? ਹਾਂ, ਡੇਲੀ ਰੂਟੀਨ ਵਾਈਜ਼ ਜਾਂਦੀ। ਉੱਥੋਂ ਸਾਡਾ ਕੋਈ 1/2 ਕਿਲੋਮੀਟਰ ਘਰ ਹੈ, ਠੀਕ ਹੈ, ਉਹ ਰੋਡ ਨਿਕਲਦੀ ਹੈ, ਉਹ ਰੋਡ 'ਤੇ ਮਤਲਬ ਸੈਰ ਕਰਕੇ ਵਾਪਸ ਆ ਜਾਂਦੀ ਹੈ, ਲਿੰਕ ਰੋਡ ਹੈ, ਠੀਕ ਹੈ। ਅਤੇ 19 ਤਰੀਕ ਨੂੰ ਵੀ ਇਸ ਤਰ੍ਹਾਂ ਹੀ ਹੋਇਆ, ਇਹ ਆਪਣੇ ਟਾਈਮ ਦੇ ਨਾਲ ਸੈਰ ਕਰਕੇ ਵਾਪਸ ਮੁੜ ਪਈ, ਤਾਂ ਇੱਕ ਮੋਟਰਸਾਈਕਲ ਵਾਲਾ ਉਹਨਾਂ ਦੇ ਅੱਗੇ ਆ ਕੇ ਰੁਕ ਗਿਆ, ਜਿਹਨੇ ਰੋਕ ਕੇ ਉਹਨਾਂ ਨੇ ਕਿਹਾ ਵੀ ਰੁਕੋ ਰੁਕੋ, ਕਹਿੰਦੇ ਭਾਈ ਤੂੰ ਰਸਤਾ ਭੁੱਲ ਗਿਆ। ਕੱਲਾ ਹੀ ਸੀ ਸਰ? ਕੱਲਾ ਮੋਟਰਸਾਈਕਲ, ਕੱਲਾ ਸੀਗਾ। ਹਾਂ, ਜਿਹਨੇ ਖਾਕੀ ਰੰਗ ਦੀ ਜੈਕਟ ਪਾਈ ਹੋਈ ਦੱਸੀ ਹੈ, ਅਤੇ ਮੋਟਰਸਾਈਕਲ ਸੀ ਸਪਲੈਂਡਰ ਉਹਦਾ, ਉਹ ਹੱਥੋਂ ਪਾਈ ਕਰਨ ਲੱਗਿਆ ਮੋਟਰਸਾਈਕਲ ਰੋਕ ਕੇ ਉਤਰ ਕੇ। ਇਹ ਗੱਲਬਾਤ ਨਹੀਂ ਕੀਤੀ ਉਹਨੇ, ਸਿਰਫ ਹੱਥੋਂ ਪਾਈ ਕਰਨ ਲੱਗਿਆ ਤੇ ਝਪਟਾ ਪਾਈ ਕਰਨ ਲੱਗਿਆ, ਠੀਕ ਹੈ, ਕੰਨਾਂ ਨੂੰ, ਠੀਕ ਹੈ। ਤੇ ਉਹ ਮੇਰੀ ਵਾਈਫ ਨੇ ਉਹਨੂੰ ਰੋਕ ਲਿਆ, ਉਹਦਾ ਵਿਰੋਧ ਕੀਤਾ, ਠੀਕ ਹੈ, 2-3 ਮਿੰਟ ਉਹਨਾਂ ਦਾ ਪੂਰਾ ਸਟਰਗਲ ਹੁੰਦਾ ਰਿਹਾ, ਠੀਕ ਹੈ। ਤੇ ਜਦੋਂ ਉਹਨੇ ਕੋਈ ਸਿਰ 'ਚ ਮਾਰ ਕੇ ਉਹਨੂੰ ਗੇਰ ਲਿਆ ਵਾਈਫ ਨੂੰ, ਗਿਰਨ ਤੋਂ ਬਾਅਦ ਉਹਦੇ ਉੱਤੇ ਬੈਠ ਕੇ ਬਾਲੀਆਂ ਖਿੱਚ ਲੀਆਂ, ਫਿਰ ਉਹਦੇ ਹੱਥ 'ਚ ਇੱਕ ਚਾਂਦੀ ਦਾ ਕੜਾ ਸੀਗਾ 3-4 ਤੋਲੇ ਦਾ, ਉਹ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੇ ਕੱਢਣ ਨਹੀਂ ਦਿੱਤਾ, ਉਹਨੇ ਆਪਣਾ ਜਿਹੜਾ ਮਤਲਬ ਵਿਰੋਧ ਕੀਤਾ ਉਸ ਚੀਜ਼ ਦਾ ਵੀ, ਫਿਰ ਉਹ ਲੱਗਿਆ ਸੀ ਦਾਤ ਮਾਰਨ ਉਹਦੇ ਗਰਦਨ 'ਤੇ, ਉਹਨੇ ਹੱਥ ਮੂਹਰੇ ਕੀਤਾ, ਉਹਨੇ ਹੱਥ ਕੱਟਤਾ। ਯਾਨੀ ਕਿ ਮਾਰਨ ਦੀ ਵੀ ਕੋਸ਼ਿਸ਼ ਕੀਤੀ, ਤੇਜ਼ਧਾਰ ਹਥਿਆਰ? ਹਾਂਜੀ, ਤੇਜ਼ਧਾਰ ਹਥਿਆਰ ਸੀ, ਜਿਹਦੇ ਨਾਲ ਜੋ ਅਸੀਂ ਜਿਹਨੂੰ ਮਤਲਬ ਰੌਲਾ ਪੈਣ ਤੋਂ ਬਾਅਦ ਉੱਥੇ ਕਾਫੀ ਪਬਲਿਕ ਇਕੱਠੀ ਹੋ ਗਈ, ਪਬਲਿਕ ਇਕੱਠੀ ਹੋਣ ਤੋਂ ਬਾਅਦ ਅਸੀਂ ਉਹਨੂੰ, ਮੈਂ ਵੀ ਘਰੇ ਡਿਊਟੀ ਲਈ ਤਿਆਰ ਸੀ, ਨਿਕਲਣ ਲੱਗਿਆ ਸੀਗਾ, ਅਤੇ ਉਦੋਂ ਹੀ ਇਹ ਗੱਲਬਾਤ ਹੋ, ਮੈਂ ਵੀ ਪਹੁੰਚਿਆ ਸਾਰਾ ਕਰਕੇ, ਅਸੀਂ ਜੀ ਉਹਨੂੰ PGI ਲੈ ਕੇ ਐਡਮਿਟ ਕੀਤਾ, ਐਡਮਿਟ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਜੀ ਉਹਦਾ। ਕਿੱਥੇ ਸੱਟਾਂ ਲੱਗੀਆਂ ਸਰ ਉਹਨਾਂ ਨੂੰ ਮੈਡਮ? ਖੱਬੇ ਗੁੱਟ 'ਤੇ ਜੀ, ਕਾਫੀ ਜ਼ਿਆਦਾ ਡੀਪਲੀ? ਹਾਂ, ਡੀਪਲੀ 80% ਦੱਸਦੇ ਸੀ ਡਾਕਟਰ ਸਾਹਿਬ, ਪਲਾਸਟਿਕ ਸਰਜਰੀ ਹੋਈ ਹੈ, ਰੌਣਾ ਪਈਆਂ ਅਤੇ ਉਹਨਾਂ ਨੇ ਜੋੜ ਤਾਂ ਵੈਸੇ ਗੁੱਟਤਾ। ਅਤੇ ਮੈਡਮ ਇਕੱਲੇ ਹੀ ਸੀਗੇ ਉਸ ਟਾਈਮ ਜਾਂ ਹੋਰ ਵੀ ਕੋਈ ਲੇਡੀ? ਇੱਕ ਹੋਰ ਸੀਗੇ ਨਾਲ, ਲੇਡੀ ਸੀਗੀ, ਸਾਡੇ ਖੇਤਾਂ ਦੇ ਨਾਲ ਹੀ ਉੱਥੇ ਨੌਕਰੀ ਕਰਦਾ ਵਿਚਾਰਾ ਗਰੀਬ ਬੰਦਾ। ਉਹਨੇ ਸ਼ੋਰ ਨਹੀਂ ਮਚਾਇਆ ਗੁਰਨਾਮ ਜੀ? ਸ਼ੋਰ ਮਚਾਇਆ, ਉਹਦੇ ਸ਼ੋਰ ਮਚਾਉਣ ਨਾਲ ਹੀ ਲੋਕ ਖੇਤਾਂ 'ਚੋਂ ਭੱਜੇ ਨੇ। ਅੱਛਾ, ਜਦੋਂ ਉਹਨੇ ਕਿੰਨੀ ਦੇਰ ਸਟਰਗਲ ਚੱਲਦਾ ਰਿਹਾ? ਕਿੰਨੀ ਦੇਰ? ਇਹਨਾਂ ਦਾ ਪਹਿਲਾਂ 2-3 ਮਿੰਟ ਚੱਲਿਆ ਜੀ, ਉਹ ਤੋਂ ਬਾਅਦ ਉਹਨੇ ਫਿਰ ਥੱਲੇ ਸਿੱਟ ਕੇ ਕਾਰਵਾਈ ਕੀਤੀ ਹੈ ਜੀ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਕੱਲਾ ਹੀ ਸੀਗਾ ਉਹ, ਜਿਸ ਤਰ੍ਹਾਂ ਪੂਰੀ ਤੁਹਾਨੂੰ ਲੱਗ ਰਿਹਾ ਕਿ ਪੂਰੀ ਰੈਕੀ ਜਾਂ ਪਲੈਨਿੰਗ ਦੇ ਤਹਿਤ ਹੀ ਹੋਇਆ? ਦੇਖੋ, ਇਹ ਤਾਂ ਹੁਣ ਪਾਰਟ ਹੈ ਇਨਵੈਸਟੀਗੇਸ਼ਨ ਦਾ, ਇਹ ਤਾਂ ਹੁਣ ਕੋਸ਼ਿਸ਼ ਕਰ ਰਹੀ ਹੈ ਸਾਡੇ ਜਿਹੜੇ ਮੁੱਖ ਅਫਸਰ ਨੇ ਮਾਜਰੀ ਦੇ, ਉਹਨੇ ਆਪਣੀ ਪੂਰੀ ਟੀਮ ਲਾਈ ਹੋਈ ਹੈ, ਅਤੇ ਅਸੀਂ ਵੀ ਆਪਣੇ ਤੌਰ 'ਤੇ ਲੱਗੇ ਹੋਏ ਨੇ, ਹੋਰ ਵੀ ਲੱਗੇ ਹੋਏ ਨੇ। ਕਿਉਂਕਿ ਗੁਰਨਾਮ ਜੀ, ਤੁਸੀਂ ਇਸ ਪੂਰੇ ਏਰੀਆ ਦੇ ਵਿੱਚ ਐਕਟਿਵ ਹੋ, ਲਗਾਤਾਰ ਰਿਕਵਰੀਜ਼ ਵੀ ਤੁਹਾਡੀ ਬਹੁਤ ਨੇ, ਤੁਹਾਨੂੰ ਨਹੀਂ ਲੱਗਦਾ ਕੋਈ ਟਾਰਗੇਟ ਕਰਕੇ ਜਾਂ ਕੋਈ ਰੰਜੇਸ਼ਨ ਹੋ ਸਕਦਾ? ਹੋ ਸਕਦਾ ਜੀ, ਉਹ ਤਾਂ ਹੁਣ ਪਤਾ ਲੱਗੇਗਾ ਵੀ ਕੀ ਹੈ ਕੀ ਨਹੀਂ, ਕਿਉਂਕਿ ਅਸੀਂ ਤਾਂ ਜਿਹੜਾ ਜੇ ਮਾੜੇ ਬੰਦਿਆਂ ਨੂੰ ਅਨਸਰਾਂ ਨੂੰ ਫੜ ਕੇ ਕਾਫੀ ਅਨਸਰਾਂ ਨੂੰ ਅਸੀਂ ਜਿਹੜਾ ਕਿ ਜੇਲ੍ਹ ਭੇਜਿਆ ਹੋਇਆ ਮੁੱਲਾਪੁਰ ਏਰੀਏ 'ਚੋਂ, ਹਾਂਜੀ, ਜਿੱਥੇ ਜਿੱਥੇ ਮੈਂ ਰਿਹਾ ਉੱਥੋਂ 'ਤੇ ਆਪਾਂ ਕਾਫੀ ਇਹਨਾਂ ਦੇ ਮੁਕੱਦਮੇ ਦਰਜ ਕੀਤੇ ਨੇ। ਕੋਈ ਕਲਿਊ ਮਿਲਿਆ? ਕਿਉਂਕਿ CCTV ਵੀ ਸਾਹਮਣੇ ਆਈ ਹੈ, ਉਹਦੇ ਵਿੱਚ ਕੀ ਦਿਖ ਰਿਹਾ? ਹਜੇ ਕੋਈ ਨਹੀਂ, ਵੈਸੇ ਲੱਗੇ ਹੋਏ ਨੇ ਸਾਡੇ ਜਿਹੜੇ ਮੁੱਖ ਅਫਸਰ ਨੇ ਮਾਜਰੀ ਤੋਂ ਸੁਨੀਲ ਜੀ, ਉਹ ਬਹੁਤ ਮਿਹਨਤ ਕਰ ਰਹੇ ਨੇ ਇਸ ਕੰਮ 'ਚ, ਪੂਰੀ ਟੀਮ ਲਾਈ ਹੋਈ ਉਹਨਾਂ ਨੇ, ਅਸੀਂ ਵੀ ਲੱਗੇ ਹੋਏ ਨੇ, ਹੋਰ ਵੀ ਅਸੀਂ ਲਾਏ ਨੇ ਆਲੇ ਦੁਆਲੇ। ਬਾਈਕ ਦਾ ਨੰਬਰ ਕੁਛ ਆਇਆ ਸਰ, ਪੰਜਾਬ ਨੰਬਰ ਸੀ, ਹਰਿਆਣਾ ਸੀ, ਕੁਛ ਇਸ ਤਰ੍ਹਾਂ? ਨਹੀਂ, ਬਾਈਕ ਦਾ ਨੰਬਰ ਨਹੀਂ ਆਇਆ, ਬਾਈਕ ਦੀ ਪਛਾਣ ਜ਼ਰੂਰ ਹੈ, ਪਿੱਛੋਂ ਛੋਟੀ ਪਲੇਟ ਹੈ ਮੋਟਰਸਾਈਕਲ ਦੀ, ਸਪਲੈਂਡਰ ਮੋਟਰਸਾਈਕਲ ਹੈ, ਮੂਹਰੇ ਵਾਲਾ ਨੰਬਰ ਉਹ ਕੈਮਰੇ 'ਚ ਨਹੀਂ ਆ ਰਿਹਾ, ਅਤੇ ਉਹ ਜਿਹੜਾ ਬੰਦਾ ਕੈਮਰੇ 'ਚ ਆ ਰਿਹਾ, ਪਹਿਲਾਂ ਉਹਦੀ ਖਾਕੀ ਜਾਕਟ ਆ ਰਹੀ ਹੈ ਸ਼ੁਰੂ ਦੇ, ਜਿੱਥੋਂ ਵਾਰਦਾਤ ਕਰਕੇ ਗਿਆ, ਉਹ ਤੋਂ ਅੱਗੇ ਉਹਨੇ ਜਾਕਟ ਜਿਹੜੀ ਤਾਰ ਕੇ ਮੂਹਰੇ ਰੱਖ ਲਈ, ਅਤੇ ਕਮੀਜ਼ 'ਤੇ ਉਹ ਪੈਂਟ ਆ ਰਹੀ ਹੈ। ਅੱਛਾ, ਯਾਨੀ ਕਿ ਉਹਨੇ ਕੱਪੜੇ ਵੀ ਚੇਂਜ ਕਰਤੇ ਨਾਲ? ਚੇਂਜ, ਹਾਂ, ਜਿਹੜੀ ਜਾਕਟ ਚੇਂਜ ਕਰਤੀ ਵੀ ਮੈਂ ਆਪਣਾ ਰੂਪ ਉਸ ਹੋ ਜਾਵਾਂ। ਅਤੇ ਸਰ, ਜਿਹੜਾ ਤੁਹਾਡਾ ਏਰੀਆ ਹੈ ਉੱਥੇ ਨਿਕਲਣ ਦੇ ਬਾਹਰ ਰਾਹ ਕਾਫੀ ਸਾਰੇ ਹੈ, ਜਿੱਦਾਂ ਉਹ ਆਰਾਮ ਨਾਲ ਭੱਜ ਗਿਆ ਉੱਥੋਂ ਪਤਾ ਨਹੀਂ ਲੱਗਿਆ? ਹਾਂਜੀ ਹਾਂਜੀ ਹਾਂਜੀ, ਉੱਥੇ ਨਾ ਪਤਾ ਕੀ, ਜਿੱਥੇ ਉਹਨੇ ਵਾਰਦਾਤ ਕੀਤੀ ਹੈ ਉਹਦੇ ਨਾਲੇ ਮੁੜ ਕੇ ਇੱਕ ਰੋਡ ਜਾਂਦਾ ਹੈ ਥਾਣਾ ਗੋਬਿੰਦਗੜ੍ਹ ਨੂੰ, ਇੱਕ ਖਿਦਰਾਬਾਦ ਨੂੰ ਆਉਂਦਾ, ਉੱਥੇ ਥੋੜਾ ਜਿਹਾ ਅੱਗੇ ਆ ਕੇ ਪੰਪ ਹੈ, ਪਰ ਉਸ ਟਾਈਮ ਜਦੋਂ ਵਾਰਦਾਤ ਹੋਈ ਉਸ ਟਾਈਮ ਕੋਈ ਨਹੀਂ, ਇਸ ਟਾਈਮ ਕੋਈ ਬੰਦਾ ਸਵੇਰ ਦਾ ਸੈਰ ਵਾਲੀ ਜਾਂਦੇ ਨੇ, ਤੇ ਜਾਂ ਕੋਈ ਆਪਣੇ ਖੇਤਾਂ 'ਚ ਕੰਮ ਕਾਰ ਕਰਦਾ,
क्योंकि साडे रस्ते दो जांदे ने पिंड तो एक मेन खिदराबाद नूं इक इह जांदा लुट के की लैके गए स्नैच करके स्नैच करके गए सी उहदे कुंडल सी बालियां जी कोई होणगे पौने तोले दे करीब ਤੇ ਉਹ ਕੜਾ ਲੁੱਟ ਨਹੀਂ ਹੋਇਆ ਉਤੋਂ ਠੀਕ ਹੈ ਹਾਂਜੀ ਇਹ ਹੈ ਮਾਰਨ ਦੀ ਵੀ ਕੋਸ਼ਿਸ਼ ਜਿਹਾ ਤੁਸੀਂ ਕਿਹਾ ਕਿ ਉਹਨੇ ਮਾਰਨ ਦੀ ਕੋਸ਼ਿਸ਼ ਹਾਂਜੀ ਹਾਂਜੀ ਉਹ ਮਤਲਬ ਉਹਨਾਂ ਜਿਹੜਾ ਹਮਲਾ ਕੀਤਾ ਉਹ ਮਾਰ ਵਾਲਾ ਹੀ ਸੀਗਾ ਜੀ ਬਿਲਕੁਲ ਹਾਂਜੀ ਕਿਉਂਕਿ ਉਹਦਾ ਵਿਰੋਧ ਕਰਦੀ ਰਹੀ ਵਿਰੋਧ ਕਰਦੀ ਕਾਫੀ ਦੇਰ ਉਹਨਾਂ ਦੀ ਸਕਫਲ ਜਿਹੜੀ ਚੱਲ ਹਾਂ ਹਾਂਜੀ ਹਾਂਜੀ ਤੇ ਬਿਲਕੁਲ ਜਿੱਦਾਂ ਗੁਰਨਾਮ ਜੀ ਨੇ ਦੱਸਿਆ ਹਾਲਾਂਕਿ ਉਹਨਾਂ ਦੀ ਜਿਹੜੀ ਵਾਈਫ ਹੈ ਹੁਣ ਆਊਟ ਆਫ ਡੇਂਜਰ ਹੈ ਪੀਜੀਆਈ ਹਸਪੀਟਲ ਦੇ ਵਿੱਚ ਐਡਮਿਟ ਨੇ ਹਾਲਾਂਕਿ ਉਹਨਾਂ ਦੀ ਸਰ ਨੇ ਦੱਸਿਆ ਕਿ ਪਲਾਸਟਿਕ ਸਰਜਰੀ ਹੋਈ ਹੈ ਉਹਨਾਂ ਦੀ ਔਰ ਆਊਟ ਆਫ ਡੇਂਜਰ ਨੇ ਡਾਕਟਰਸ ਵੱਲੋਂ ਇਲਾਜ ਲਗਾਤਾਰ ਕੀਤਾ ਜਾ ਰਿਹਾ ਲੇਕਿਨ ਦੂਜੇ ਪਾਸੇ ਜਿਹੜਾ ਵੀ ਉਹ ਸ਼ਖਸ ਸੀਗਾ ਕੱਲਾ ਸੀ ਜਿੱਦਾਂ ਸਾਹਮਣੇ ਦੱਸਿਆ ਬਾਈਕ ਸਪਲੈਂਡਰ ਤੇ ਆਇਆ ਸੀ ਹੁਣ ਰੈਕੀ ਕੀਤੀ ਪਲੈਨਿੰਗ ਕੀਤੀ ਕਿਸ ਤਰ੍ਹਾਂ ਕਿਉਂਕਿ ਮੈਡਮ ਡੇਲੀ ਸਵੇਰੇ ਸੈਰ ਨੂੰ ਜਾਂਦੇ ਜਾਂ ਫਿਰ ਸਿਰਫ ਸਨੈਚਿੰਗ ਕਰਨ ਵਾਸਤੇ ਆਇਆ ਸੀਗਾ ਇਹ ਸਾਰਾ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ ਔਰ ਜਲਦੀ ਉਹਦੀ ਗ੍ਰਿਫਤਾਰੀ ਵੀ ਕੀਤੀ ਜਾਏਗੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਲਗਾਤਾਰ ਟਰੇਸ ਕੀਤਾ ਜਾ ਰਿਹਾ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹਨੇ ਹੌਸਲੇ ਬੁਲੰਦ ਹੈ ਚੋਰਾਂ ਦੇ ਲੁੱਟਖੋ ਕਰਨ ਵਾਲੇ ਦੇ ਕਿਸੇ ਵੀ ਤਰ੍ਹਾਂ ਕੋਈ ਡਰ ਨਹੀਂ ਕੋਈ ਖੌਫ ਨਹੀਂ ਔਰ ਬਹੁਤ ਹੀ ਆਰਾਮ ਦੇ ਨਾਲ ਪਹਿਲਾਂ ਲੁੱਟ ਕਰੋ ਸਨੈਚ ਕਰੋ ਉਸ ਤੋਂ ਬਾਅਦ ਤੇਜ਼ਦਾਰ ਹਥਿਆਰ ਦੇ ਨਾਲ ਵਾਰ ਕਰਕੇ ਉੱਥੋਂ ਫਰਾਰ ਹੋ ਮੋਹਾਲੀ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ ਰਾਠੀ ਨੂੰ ਜੀ ਟੀਮ ਪੰਜਾਬ।